ਡੰਡਾ ਨਾ ਅਸੀਂ ਕੋਈ ਅੱਤਵਾਦੀ ਹਾਂ ਅਸੀਂ ਕਿਸਾਨ ਦੇ ਪੁੱਤ ਕਾਨੂੰਨ ਰੱਦ ਹੋ ਜਾਂਦੇ ਵਾਪਸ ਹੋ ਜਾਂਦੇ ਵਧੀਆ ਹੈ ਨਹੀਂ ਤਾਂ 26 ਜਨਵਰੀ ਦੀ ਪੂਰੀ ਤਿਆਰੀ ਹੈ ਜਦੋਂ ਅੰਤ ਵੇਲੇ ਬੰਦੇ ਤੇ ਕਫਣ ਪੈਂਦਾ ਨਾ ਉਹਨੂੰ ਜੇਬ ਨਹੀਂ ਹੁੰਦੀ ਹੈ ਮੋਦੀ ਸਾਹਿਬ ਨਾਲ ਨਹੀਂ ਲੈ ਕੇ ਜਾ ਸਕਦੇ ਦੋ ਵਾਰ ਮਨ ਕੀ ਬਾਤ ਵੀ ਕੀ ਪਰ ਕਿਸਾਨਾਂ ਪ੍ਰਤੀ ਇੱਕ ਸ਼ਬਦ ਨਹੀਂ ਬੋਲਿਆ ਗਿਆ ਇਹ ਹੁਣ ਇੱਥੇ ਹੀ ਜਿਵੇਂ ਚਰਾਸੀ ਜਿਵੇਂ ਹੋਇਆ ਚੰਗੇ ਕਰਾਉਣਾ ਚਾਹੁੰਦਾ ਮੇਨ ਤਾਂ ਮੋਦੀ ਜ਼ਹਿਰ ਹੈ ਉਹਦੇ 'ਚ ਪਾਣੀ ਪਾ ਲਓ ਜ਼ਹਿਰੇ ਰਹਿਣੀ ਹੈ ਉਹ ਕੱਢਣੀ ਨਹੀਂ ਹੈ ਉਹ ਤਾਂ ਉਹ ਚੀਜ਼ ਹੁੰਦੀ ਜਿਹੜੀ ਠੀਕ ਹੋ ਗਏ ਹੁਣ ਜਿਹੜਾ ਬੰਦਾ ਮਰੇ ਗਿਆ ਉਹ ਡਾਕਟਰ ਕਿਆ ਸੋਧ ਕਰ ਦੂ ਡਾਕਟਰ ਬਾਸ ਕਰ ਦੂ ਮੀਨਾ ਨਹੀਂ ਹੈਗੀਆਂ ਸਾਡੇ ਕੋਲ ਜ਼ਮੀਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਗਊ ਗਰੀਬ ਦੀ ਰੱਖਿਆ ਕਰਨੀ ਖਾਲਸਾ ਮੇਰੋ ਸਿਰਜਣ ਸੂਰਾ ਖਾਲਸਾ ਮੇਰੋ ਸਤਿਗੁਰੂ ਪੂਰਾ ਖਾਲਸੇ ਨੂੰ ਸਤਿਗੁਰੂ ਦਾ ਖਿਤਾਬ ਮਹਾਰਾਜ ਪਾਤਸ਼ਾਹ ਨੇ ਬਖਸ਼ਿਆ ਇਹ ਸਾਰਾ ਜਿੰਨਾ ਵੀ ਬਹੀਰ ਬੈਠਾ ਹੋਇਆ ਨਾ ਮੇਰਾ ਕਿਸਾਨ ਭਰਾਵਾਂ ਦਾ ਸਮੁੱਚਾ ਗੁਰੂ ਕਾ ਖਾਲਸਾ ਪੰਥ ਉਹ ਇਕੱਤਰ ਹੋਇਆ ਇਸ ਦਿੱਲੀ ਦੀ ਧਰਤੀ ਦੇ ਉੱਤੇ ਅਸੀਂ ਸਰਕਾਰ ਕਾਲੇ ਕਾਨੂੰਨ ਕਾਲੇ ਕਾਨੂੰਨ ਜੈ ਜਵਾਨ ਜੈ ਕਿਸਾਨ ਇਹ ਇੱਕ ਬੜਾ ਹੀ ਹੁਣ ਭਾਵੁਕ ਮਾਹੌਲ ਵੀ ਇੱਥੇ ਦਾ ਅਸੀਂ ਕਹਿ ਸਕਦੇ ਹਾਂ ਕਿ ਅੱਜ ਇੱਥੇ ਜੋ ਇਸ ਅੰਦੋਲਨ ਦੇ ਵਿਚਕਾਰ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਦੀਵੇ ਜਲਾ ਕੇ ਇਹ ਜੈ ਜਵਾਨ ਅਤੇ ਜੈ ਕਿਸਾਨ ਲਿਖਿਆ ਗਿਆ ਸੋ ਇੱਕ ਤਰੀਕੇ ਨਾਲ ਇਹ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਉਹਨਾਂ ਸਭ ਕਿਸਾਨਾਂ ਦੇ ਲਈ ਨੇ ਜੋ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਚਾਹੇ ਉਹ ਬਜ਼ੁਰਗ ਸੀ ਚਾਹੇ ਉਹ ਨੌਜਵਾਨ ਸੀ ਚਾਹੇ ਉਹ ਬਿਮਾਰੀ ਕਰਕੇ ਸ਼ਹੀਦ ਹੋਏ ਚਾਹੇ ਰਸਤਿਆਂ ਦੇ ਵਿੱਚ ਆਉਂਦੇ ਹੋਏ ਉਹਨਾਂ ਦੇ ਐਕਸੀਡੈਂਟ ਹੋ ਗਏ ਸੋ ਕੁਰਬਾਨੀਆਂ ਲਗਾਤਾਰ ਇੱਥੇ ਸ਼ਹਾਦਤਾਂ ਹੋ ਰਹੀਆਂ ਨੇ ਪਰ ਫਿਰ ਵੀ ਸਰਕਾਰਾਂ ਦੇ ਕਿਉਂ ਦਿਮਾਗ ਵਿੱਚ ਇਹ ਗੱਲ ਨਹੀਂ ਫਿੱਟ ਬੈਠ ਰਹੀ ਕਿ ਕਿੰਨੀ ਇਹ ਗਿਣਤੀ ਹੋਰ ਉਹ ਵਧਾਉਣਾ ਚਾਹੁੰਦੇ ਨੇ ਪਰ ਇੱਥੇ ਕਿਸਾਨ ਲਗਾਤਾਰ ਡਟੇ ਹੋਏ ਨੇ ਜਿਵੇਂ ਕਿ ਅਸੀਂ ਲਗਾਤਾਰ ਸਾਰੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਹੀ ਰਹੇ ਹਾਂ ਅਤੇ ਅੱਜ ਦੇ ਦਿਨ 'ਚੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਕਿ ਜਿੰਨੇ ਵੀ ਕਿਸਾਨ ਇਸ ਅੰਦੋਲਨ ਦੇ ਵਿਚਕਾਰ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਕੁਝ ਇਸ ਤਰੀਕੇ ਨਾਲ ਅਤੇ ਅਸੀਂ ਪਹਿਲਾਂ ਵੀ ਤੁਹਾਨੂੰ ਕੁਝ ਤਸਵੀਰਾਂ ਵਿਖਾਈਆਂ ਸਨ ਕਿ ਇਸ ਪੂਰੇ ਇਲਾਕੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੰਘੂ ਬਾਰਡਰ 'ਤੇ ਅੱਜ ਚਾਹੇ ਟਰੈਕਟਰ ਨੇ ਟਰਾਲੀਆਂ ਨੇ ਜਿੱਥੇ ਵੀ ਜਗ੍ਹਾ ਮਿਲ ਰਹੀ ਹੈ ਉੱਥੇ ਇਸ ਤਰੀਕੇ ਨਾਲ ਦੀਵੇ ਜਗਾ ਕੇ ਜੋ ਹੈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ ਸੋ ਵਾਕਈ ਇੱਕ ਬਹੁਤ ਹੀ ਭਾਵੁਕ ਮਾਹੌਲ ਅੱਜ ਇੱਥੇ ਬਣਿਆ ਹੋਇਆ ਹੈ ਅਤੇ ਇੱਥੇ ਜੋ ਮੌਜੂਦ ਨੇ ਉਹਨਾਂ ਨਾਲ ਬਜ਼ੁਰਗ ਵੀ ਇੱਥੇ ਮੌਜੂਦ ਨੇ ਨੌਜਵਾਨ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਇੱਕ ਬਹੁਤ ਹੀ ਭਾਵੁਕ ਮੌਕਾ ਵੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਜੋ ਇਸ ਅੰਦੋਲਨ ਦਾ ਹਿੱਸਾ ਬਣੇ ਅਤੇ ਸ਼ਹੀਦ ਹੋ ਗਏ ਇਹ ਤਾਂ ਅਸੀਂ ਤਾਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਜੀ ਮੋਦੀ ਸਰਕਾਰ ਨੂੰ ਮਿਹਨਤ ਤਰਲਾ ਕਰਨਾ ਚਾਹੁੰਦੇ ਹਾਂ ਵੀ ਇਹ ਕਾਲੇ ਕਾਨੂੰਨ ਤਿੰਨੇ ਵਾਪਸ ਹੋਣ ਸਾਡਾ ਇੱਥੋਂ ਖਾਇਦਾ ਛੁੱਟੇ ਜੀ 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 ਬਿਲਕੁਲ ਜਿਵੇਂ ਕਿ ਹੁਣ ਦੇਖ ਰਹੇ ਹਾਂ ਕਿ 8 ਜਨਵਰੀ ਵਾਲੀ ਮੀਟਿੰਗ ਵੀ ਜੋ ਹੈ ਉਸ ਵੀ ਉਹ ਵੀ ਬੇਸੱਟਾ ਰਹੀ ਹੈ ਕੁਝ ਵੀ ਨਹੀਂ ਨਿਕਲਿਆ ਇਸ ਦੇ ਵਿੱਚੋਂ ਵੀ ਤਾਂ ਫਿਰ ਲੱਗ ਰਿਹਾ ਵੀ ਬਹੁਤ ਲੰਮੀ ਲੜਾਈ ਹਲੇ ਚੱਲੇਗੀ ਹਾਂਜੀ ਇਹ ਮੱਛਾ ਰੰਗੜ ਬਣਿਆ ਬੈਠਾ ਜੀ ਸਾਡੇ 'ਤੇ ਇਹ ਜੀ ਜੀ ਇਹ ਕੋਈ ਚੀਜ਼ ਨਹੀਂ ਨਾ ਕੋਈ ਗੱਲ ਮੰਨਦਾ ਸਾਡੀ ਜੀ ਬਿਲਕੁਲ ਅਤੇ ਇੱਥੇ ਕਿਸ ਤਰ੍ਹਾਂ ਦੀਆਂ ਹੋਰ ਦੇਖੋ ਤੁਸੀਂ ਇੱਥੇ ਬੈਠੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਇੰਨਾ ਡਿਲੇ ਕਿਉਂਕਿ ਇੱਕੋ ਹੀ ਗੱਲ ਕੀਤੀ ਜਾ ਰਹੀ ਹੈ ਰੱਦ ਕਰੋ ਇਹ ਕਾਨੂੰਨ ਰੱਦ ਹੋਣਗੇ ਅਤੇ ਅਸੀਂ ਘਰਾਂ ਨੂੰ ਚੱਲ ਜਾਂਗੇ ਬਾਕੀ ਅਸੀਂ ਤਾਂ ਜੀ ਨਾ ਕੋਈ ਡੰਡਾ ਨਾ ਅਸੀਂ ਕੋਈ ਅੱਤਵਾਦੀ ਹਾਂ ਅਸੀਂ ਕਿਸਾਨ ਦੇ ਪੁੱਤ ਹਾਂ ਅਸੀਂ ਕਿਸਾਨ ਦੇ ਪੁੱਤ ਬਣ ਕੇ ਰਹਿ ਰਹੇ ਹਾਂ ਬਾਕੀ ਫਿਰ ਜੇ ਸਾਡੀ ਜ਼ਮੀਰ ਜਾਗ ਪੀ ਫਿਰ ਉਦੋਂ ਵੀ ਜ਼ਿਆਦਾ ਇਹਨਾਂ ਨੂੰ ਸੰਘਰਸ਼ ਕਰਨਾ ਪੈਣਾ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਹੁਣ ਇੱਥੇ ਹੀ ਹੈ ਜਿਵੇਂ ਚਰਾਸੀ ਜਿਵੇਂ ਹੋਇਆ ਦੰਗੇ ਕਰਾਉਣਾ ਚਾਹੁੰਦਾ ਮੇਨ ਤਾਂ ਮੋਦੀ ਇਹੀ ਹੱਲ ਹੈ ਜੇ ਇਹਨਾਂ ਨੇ ਨਾ ਵਾਪਸ ਲੈ ਤਾਂ ਫਿਰ ਤਾਂ ਇਹੀ ਹੱਲ ਆ ਮਰਮਰਾ ਹੋਊਗਾ ਜਾਣੀ ਹੋਰ ਤਾਂ ਹੋਰ ਵੀ ਜੇ ਚੱਕਰ ਨਹੀਂ ਇਹ ਤਾਂ ਹੱਥ ਵੰਡ ਕੇ ਇਹੀ ਬੇਨਤੀ ਹੈ ਇਹਨਾਂ ਨੂੰ ਵੀ ਪਿਆਰ ਸਤਿਕਾਰ ਨਾਲ ਆਪਣਾ ਵਾਪਸ ਲੈ ਜਾਣਾ ਇਹ ਕਹਿੰਦਾ ਸੋਧ ਕਰਾ ਲਓ ਸੋਧ ਉਹ ਚੀਜ਼ ਹੁੰਦੀ ਜਿਹੜੀ ਠੀਕ ਹੋ ਗਏ ਹੁਣ ਜਿਹੜਾ ਬੰਦਾ ਮਰੇ ਗਿਆ ਉਹ ਡਾਕਟਰ ਕਿਆ ਸੋਧ ਕਰ ਦੂ ਡਾਕਟਰ ਵਾਪਸ ਕਰ ਦੂ ਜਿੰਨੀ ਮਰਜ਼ੀ ਆਕਸੀਜਨ ਲਾ ਲਓ ਉਹਨੂੰ ਕੁਛ ਲਾ ਲਓ ਉਹ ਚੀਜ਼ ਦੀ ਸੋਧ ਹੋ ਸਕਦੀ ਜਿਹੜੀ ਠੀਕ ਹੋਵੇ ਜਿਹੜੇ ਬਿੱਲ ਨੇ ਸਾਰੇ ਹੀ ਨਜਾਇਜ਼ ਨੇ ਜ਼ਹਿਰ ਹੈ ਉਹਦੇ 'ਚ ਪਾਣੀ ਪਾ ਲਓ ਜ਼ਹਿਰੇ ਰਹਿਣੀ ਆ ਉਹ ਕੱਢਣੀ ਨਹੀਂ ਹੈ ਬਾਕੀ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਅੰਤ ਦੇਖਣਾ ਸ਼ੁਰੂ ਕਰਤਾ ਵੀ ਕਿਸਾਨ ਕਿੱਥੋਂ ਤੱਕ ਸਹਿਣ ਸ਼ਕਤੀ ਸਬਰ ਦੇ ਵਿੱਚ ਰਹਿ ਸਕਦੇ ਆ ਅੱਜ 1.5 ਮਹੀਨਾ ਇੱਥੇ ਹੋ ਗਿਆ 2-2 ਮਹੀਨੇ ਜਿਹੜੇ ਅਸੀਂ ਆਪਣੀਆਂ ਸਟੇਟਾਂ ਦੇ ਵਿੱਚ ਰੇਲ ਰੁਕਣ ਦੇ ਵਿੱਚ ਪਲੇਟਫਾਰਮਾਂ 'ਤੇ ਅਸੀਂ ਬਾਹਰ ਰਹੇ ਹਾਂ ਜੀ ਹੁਣ ਇਹ ਜਿਹੜਾ ਜੋ ਇਹਨੇ ਮੋਦੀ ਨੇ ਕੀਤਾ ਜੇ 15 ਤਰੀਕ ਨੂੰ ਕੁਛ ਨਿਕਲਿਆ ਦਾ ਤਾਂ ਠੀਕ ਹੈ ਨਹੀਂ ਤਾਂ ਇਹਦਾ ਰਿਜ਼ਲਟ ਬਹੁਤ ਹੀ ਮਾੜਾ ਨਿਕਲੂਗਾ ਅਸੀਂ ਕਹਿ ਦਿੰਦੇ ਹਾਂ ਜੋ ਕਿਸਾਨਾਂ ਦੇ ਅੰਦਰ ਦੀ ਭਾਵਨਾ ਨੌਜਵਾਨਾਂ ਦੇ ਅੰਦਰ ਦੀ ਭਾਵਨਾ ਉਹ ਇਹੀ ਆ ਕਿ ਜੇ 15 ਤੱਕ ਰਿਜ਼ਲਟ ਆ ਜਾਂਦਾ ਬਹੁਤ ਵਧੀਆ ਗੱਲ ਹੈ ਕਾਨੂੰਨ ਰੱਦ ਹੋ ਜਾਂਦੇ ਵਾਪਸ ਹੋ ਜਾਂਦੇ ਵਧੀਆ ਹੈ ਨਹੀਂ ਤਾਂ 26 ਜਨਵਰੀ ਦੀ ਪੂਰੀ ਤਿਆਰੀ ਆ ਤਿਆਰੀ ਦੇ ਵਿੱਚ ਕੁਛ ਵੀ ਹੋ ਸਕਦਾ ਜੇ ਸਰਕਾਰ ਕੁਛ ਕਰ ਸਕਦੀ ਹੈ ਤਾਂ ਅਸੀਂ ਵੀ ਕਰ ਸਕਦੇ ਹਾਂ ਔਰ ਸਾਰੇ ਹੀ ਕਿਸਾਨ ਜਿਹੜੇ ਆ
चंगे तरीके ये चाहते हैं भी किसी तरीके शांतमई रह के निबड़ जाए तो बहुत वधिया, जे नहीं निबड़ता तो जे सरकार जिहोजे नीतियां अपना रही जिहोजे हथकंडे वरत रही है तो किसान भी वरतणगे। अज शरेआम कहिंदे आ कि 26 तरीक तो एक साडी आखरी है कि 26 तरीक नूं किसान परेड होएगी, उहदे विच किसान जिहड़े पहुंचणगे सारे आपो अपने तरीके दे नाल, पर 26 तो पहला ही दिल्ली दे विच कूच कीता जाऊगा। बिल्कुल, जिवें हुण आपां देख रहे हां कि हर मीटिंग दे नाल इक नमोशी हो जांदी है, अगली तरीक पै जांदी है, गुस्सा ज़्यादा है कि पता है कि हुण सबर होर रख के होर, क्योंकि होश अते जोश बार बार असीं इही गल करदे कि होश अते जोश दे नाल ही चलण वाली लड़ाई है। पर एक गल इह वी आ जिहड़ी अज है ना, जिहड़ियां किसान जथेबंदियां दे प्रति कई लोकां दा जरोसा सीगा कि क्यों जा रहे हो, जाणा नहीं चाहीदा, पर नहीं, ਜਿਹੜੀ ਨੈਗੋਸ਼ੀਏਸ਼ਨ ਅਸੀਂ ਕਹਿੰਦੇ ਹਾਂ ਵੀ ਜਿਹੜੀ ਗੱਲਬਾਤ ਹੈ ਨਾ ਉਹ ਜ਼ਰੂਰੀ ਆ। ਗੱਲਬਾਤ ਜਾਂਦੇ ਸਾਡਾ ਕੀ ਵਿਗੜਦਾ, ਅਸੀਂ ਆਪਣੀ 26 ਦੀ ਤਿਆਰੀ ਕਰ ਰਹੇ ਹਾਂ, ਸਾਨੂੰ ਨਾ 15 ਦਾ ਰੌਲਾ ਨਾ ਸਾਨੂੰ 8 ਦਾ ਰੌਲਾ, ਸਾਨੂੰ ਪਤਾ ਆ ਨਾ ਅੱਜ ਹੋਣਾ ਨਾ 15 ਨੂੰ ਵੀ ਨਹੀਂ ਹੋਣਾ, ਇਹ ਵੀ ਨਾਲ ਸਾਫ਼ ਆ। ਜੇ ਕੋਈ ਕਹੇ ਵੀ 15 ਬਾਰੇ ਕੀ ਆ, ਅਸੀਂ ਭੁਲੇਖਾ ਸਾਰਿਆਂ ਦਾ ਦੂਰ ਕਰ ਦਿੰਦੇ ਹਾਂ, 15 ਨੂੰ ਵੀ ਕੋਈ ਫੈਸਲਾ ਨਹੀਂ ਹੋਣਾ ਜੀ। ਅਤੇ ਤੁਹਾਡੇ ਜੀ ਨੌਜਵਾਨਾਂ ਤੋਂ ਵੀ, ਕਿਉਂਕਿ ਨੌਜਵਾਨ ਵੀ ਇਸ ਸਮੇਂ ਬਹੁਤ ਮੁੱਖ ਹਿੱਸਾ ਨੇ, ਕਿਸ ਤਰ੍ਹਾਂ ਦੀ ਸੋਚ ਹੈ, ਕਿਉਂਕਿ 26 ਜਨਵਰੀ 'ਤੇ ਸਭ ਦੀਆਂ ਨਜ਼ਰਾਂ ਨੇ ਕਿ ਕੀ ਹੋਏਗਾ? ਬਸ 26 ਜਨਵਰੀ ਦੇ ਇਹਨਾਂ ਨੂੰ ਐਂ ਕਿਹਾ ਵੀ ਇਕੱਲੇ ਟਰੈਕਟਰ ਕਹਾਂ ਜਾਣਗੇ ਸਾਡੇ ਵਾਲੇ, 26 ਤੋਂ ਬਾਅਦ ਨਾ ਹੀ ਤਾਂ ਵੀ ਨਹੀਂ ਮੰਨਦੇ, ਫਿਰ ਟਰਨੀਆਂ ਵੀ ਜਾਣਗੀਆਂ, ਜਿਵੇਂ ਹੁਣ ਉਰੇ ਵੀ ਖੜੇ ਆ ਗਾਂ ਵੀ ਖੜਨਗੇ, ਹੁਣ ਜਿਹੜਾ ਪਹਿਲਾਂ ਧਰਨਾ ਸਾਡਾ 9 ਮਹੀਨੇ ਚੱਲਿਆ ਤਾਂ ਅੰਗਰੇਜ਼ਾਂ ਨਾਲ, ਫਿਰ ਇਹ ਤਾਂ ਹਲੇ ਕੁਛ ਵੀ ਨਹੀਂ, ਇਹ ਸੰਘਾਰ 'ਚ ਲੰਬੀ ਚੱਲਦੇ ਹੋਣਾ, ਫਿਰ ਜੇ ਇਹ ਲੰਬਾ ਚਲਾਉਣਾ ਚਾਹੁੰਦਾ ਇਹਦੀ ਮਰਜ਼ੀ ਆ, ਠੀਕ ਆ ਨਾ। ਹੁਣ ਸੋਧ ਤਾਂ ਅਸੀਂ ਕਰਾ ਕੇ ਜਾਣ ਤੋਂ ਰਹੇ, ਸੋਧ ਉਹੀ ਚੀਜ਼ ਦੀ ਹੁੰਦੀ ਹੈ ਜਿਹਦੀ ਜ਼ਰੂਰੀ ਹੋਵੇ, ਇਹਦੇ ਸਾਰੇ ਕਾਲੇ ਕਾਨੂੰਨ ਨੇ, ਸਾਰਿਆਂ ਨੂੰ ਪਤਾ ਜੀ, ਬੱਚੇ ਬੱਚੇ ਨੂੰ ਪਤਾ, ਪਹਿਲਾਂ ਮੰਨਿਆ ਦੀ ਵੀ ਗੱਲ ਕੀ ਕਹਿੰਦੇ ਪਤਾ ਨਹੀਂ ਇਹਨਾਂ ਨੂੰ, ਹਲੇ ਵੀ ਸਮਝ ਨਹੀਂ ਆਈ, ਬਥੇਰਾ ਲਾਰੇ ਲਾਉਂਦਾ ਰਿਹਾ ਇਹ, ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ, ਹੁਣ ਤਾਂ ਮੀਡੀਆ ਵਾਲਿਆਂ ਨੂੰ ਵੀ ਪਤਾ ਸਾਰੇ ਹੀ ਆ, ਠੀਕ ਆ ਨਾ, ਜਿਹੜਾ ਇਹਦਾ ਮੀਡੀਆ ਉਹਦਾ ਇਹਦੇ ਪੱਖ ਦੀ ਗੱਲ ਕਰਨੀ ਆ। ਨਾਲ ਇੱਕ ਹੋਰ ਗੱਲ ਵੀ ਆ, ਇਹ ਕਿਸਾਨਾਂ ਦਾ ਅੰਦੋਲਨ ਹੀ ਹੈ, ਜਨ ਅੰਦੋਲਨ, ਇੱਕ ਅਸੀਂ ਜਨ ਅੰਦੋਲਨ ਵੀ ਹੋਊਗਾ। ਇੱਕ ਹੋਰ ਗੱਲ ਪੰਜਾਬੀ ਭਾਸ਼ਾ ਜਾਣਦੇ ਹਾਂ, ਝੋਟਾ ਮਰਦਾ ਮਰਦਾ 5 ਦਿਨ ਕੱਢ ਜਾਏਗਾ, ਜੂਆਂ ਪਹਿਲੇ ਦਿਨ ਮਰ ਜਾਣੀਆਂ, ਜਿਹੜਾ ਖੇਤੀ ਨਾਲ ਸੰਬੰਧਿਤ ਬਾਕੀ ਲੋਕ ਨੇ ਉਹ ਪਹਿਲਾਂ ਮਰਨਗੇ, ਕਿਸਾਨ ਬਾਅਦ 'ਚ ਮਰੂਗਾ। ਇੱਕ ਬੜਾ ਭੁਲੇਖਾ ਇਹਨਾਂ ਨੂੰ ਸੀਗਾ, ਇਹਨਾਂ ਨੇ ਭੁਲੇਖਾ ਪੈਦਾ ਵੀ ਕੀਤਾ ਕਿ ਮਜ਼ਦੂਰਾਂ ਦਾ ਕੀ ਲੈਣ ਦੇਣ ਆ ਜੀ, ਜ਼ਮੀਨਾਂ ਤਾਂ ਕਿਸਾਨਾਂ ਦੀਆਂ ਹੋਣਗੀਆਂ, ਆੜ੍ਹਤੀਆਂ ਦਾ ਕੀ ਰੌਲਾ ਇਹਦੇ ਵਿੱਚ, ਵਪਾਰੀਆਂ ਦਾ ਜੇ ਉਹਨਾਂ ਦਾ ਕੀ ਰੌਲਾ, ਪਰ ਨਹੀਂ, ਉਹ ਜਿਹੜੀ 70% ਅਸੀਂ ਕਹਿੰਦੇ ਹਾਂ 80% ਖੇਤੀ 'ਤੇ ਲੋਕ ਜਿਹੜੇ ਟਿਕੇ ਹੋਏ ਆ ਨਾ, ਉਹ ਇਹੀ ਲੋਕ ਨੇ, ਕਿਸਾਨ ਤਾਂ 60% ਹੀ ਆ, 50% ਹੀ ਆ, ਬਾਕੀ ਜਿਹੜੇ 20% ਲੋਕ ਆ ਇਸ ਖੇਤੀਬਾੜੀ ਧੰਦੇ ਨਾਲ ਜੁੜੇ ਹੋਏ ਆ। ਜੇ ਖੇਤੀਬਾੜੀ ਖਤਮ ਹੋ ਗਈ ਤਾਂ ਧੰਦੇ ਵਾਲੇ ਜਿਹੜੇ ਬਾਕੀ ਲੋਕ ਆ ਸਾਰੇ ਖਤਮ, ਸਾਰੇ ਖਤਮ ਹੋ ਜੂਗਾ। ਬਿਲਕੁਲ, ਸੋ ਹੁਣ ਕਿਤੇ ਨਾ ਕਿਤੇ ਕੇਂਦਰ ਦੀਆਂ ਨੀਤੀਆਂ ਤੋਂ, ਸ਼ਰਮ ਦੀ ਗੱਲ ਇਹ ਆ ਕਿ ਜਿੱਦਣ ਦਾ ਇਹ ਮੋਰਚਾ ਸ਼ੁਰੂ ਹੋਇਆ ਅੱਜ ਨੀਅਰ ਅਬਾਊਟ 60-62 ਜਿਹੜੇ ਕਿਸਾਨ ਸਾਡੇ ਸ਼ਹੀਦ ਹੋ ਗਏ ਆ। ਮਨ ਕੀ ਬਾਤ 2 ਵਾਰ ਉਸਦੀ ਮਹੀਨੇ ਪਿੱਛੋਂ ਜਿਹੜੀ ਆਉਂਦੀ ਆ, 2 ਵਾਰ ਮਨ ਕੀ ਬਾਤ ਵੀ ਕੀ, ਪਰ ਕਿਸਾਨਾਂ ਪ੍ਰਤੀ ਇੱਕ ਸ਼ਬਦ ਨਹੀਂ ਬੋਲਿਆ ਗਿਆ, ਉਹਨਾਂ ਨੂੰ ਸ਼ਰਧਾਂਜਲੀ ਦੇ ਲਈ, ਉਹਨਾਂ ਦੇ ਦੁੱਖ ਦੇ ਪ੍ਰਤੀ ਵੀ ਕਿਸਾਨ ਜਿਹੜੇ ਅੱਜ ਸੜਕਾਂ ਦੇ ਉੱਪਰ ਮਰ ਰਹੇ ਆ, ਕਿ ਇਹਨਾਂ ਕਿਸਾਨਾਂ ਪ੍ਰਤੀ ਮੈਂ 2 ਸ਼ਬਦ ਪ੍ਰਧਾਨ ਮੰਤਰੀ ਬੋਲਦਾ, ਨਾ ਪ੍ਰਧਾਨ ਮੰਤਰੀ ਨਾ ਉਹਦੇ ਮੰਤਰੀ ਕਿਸੇ ਨੇ ਵੀ ਮੀਟਿੰਗ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ, ਜਾਂ ਪਿਊਸ਼ ਗੋਇਲ ਜਾਂ ਤੋਮਰ ਆ, ਇੱਕ ਵੀ ਸ਼ਬਦ ਨਹੀਂ ਬੋਲਦਾ ਕਿਸਾਨਾਂ ਬਾਰੇ। ਬੜੇ ਸ਼ਰਮ ਦੀ ਗੱਲ ਹੈ ਕਿ ਸਾਨੂੰ ਇਹ ਸਮਝਿਆ ਜਾਂਦਾ ਕਿ ਅਸੀਂ ਕਿਸੇ ਹੋਰ ਨੇਸ਼ਨ ਦੇ, ਹੋਰ ਕਿਸੇ ਕੰਟਰੀ ਦੇ ਵਾਰਸ ਹਾਂ, ਵਸਨੀਕ ਹਾਂ ਅਸੀਂ। ਬਿਲਕੁਲ ਬਿਲਕੁਲ, ਗੱਲ ਉਹੀ ਨਿਕਲ ਕੇ ਆਉਂਦੀ ਹੈ ਕਿ ਆਖਿਰ ਕਿਉਂ ਕੇਂਦਰ ਸਰਕਾਰ ਜੋ ਹੈ ਇੱਥੇ ਮੌਜੂਦ, ਇਸ ਅੰਦੋਲਨ ਦੇ ਵਿੱਚ ਇੱਥੇ ਮੌਜੂਦ ਹੋ, ਕਿਉਂਕਿ ਇਹ ਵੀ ਸਾਡੇ ਦੇਸੀ ਦੇਸ਼ ਦੇ ਨਾਗਰਿਕਾਂ 'ਤੇ ਕਿਉਂ ਮਤਰੇਈ ਮਾਮਲਾ ਜੋ ਹੈ ਵਿਹਾਰ ਕੀਤਾ ਜਾ ਰਿਹਾ, ਕਿਉਂ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ, ਅਤੇ ਇਹ ਸਾਡੇ ਸਾਹਮਣੇ ਦੀ ਵੀ ਗੱਲ ਹੈ ਕਿ ਅਸੀਂ ਵੀ ਇਸ ਮੋਰਚੇ ਦੇ ਵਿੱਚ ਲਗਾਤਾਰ ਜੋ ਕਵਰੇਜ ਕਰ ਰਹੇ ਹਾਂ, ਕਈ ਇੰਸੀਡੈਂਟ ਅਸੀਂ ਵੀ ਦੇਖੇ ਨੇ ਕਿ ਜਿੱਥੇ ਬਜ਼ੁਰਗ ਖੜ੍ਹੇ ਖੜ੍ਹੇ ਬੇਹੋਸ਼ ਹੋ ਗਏ ਨੇ, ਉਹਨਾਂ ਨੂੰ ਇਕਦਮ ਜੋ ਹੈ ਲੈ ਕੇ ਜਾਇਆ ਜਾਂਦਾ ਹੈ ਕਿਤੇ ਡਾਕਟਰ ਕੋਲ, ਹਸਪਤਾਲ ਦੇ, ਸਾਡੇ ਸਾਹਮਣਿਆਂ ਦੀ ਦੇਖਿਆਂ ਦੀ ਗੱਲ ਹੈ ਕਿ ਕਈ ਬਜ਼ੁਰਗ ਖੜ੍ਹੇ ਖੜ੍ਹੇ, ਕਦੀ ਉਹਨਾਂ ਨੂੰ ਕਦੀ BP ਲੋ ਹੁੰਦਾ ਜਾਂ ਫਿਰ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ, ਸੋ ਇੱਥੇ ਦੀ ਅੱਖੀ ਡਿੱਠਾ ਹਾਲ ਹੈ ਜੋ ਅਸੀਂ ਤੁਹਾਨੂੰ ਵੀ ਬਿਆਨ ਕਰ ਰਹੇ ਹਾਂ। ਸੋ ਆਖਿਰ ਕਿਉਂ ਜੋ ਕੇਂਦਰ ਸਰਕਾਰ ਹੈ, ਜੋ ਅਗਰ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰ ਲਈਏ, ਅਬਾਨੀ ਅੰਡਾਨੀ ਦੇ ਘਰ ਪੋਤਾ ਹੁੰਦਾ, ਉਹਨੂੰ ਵਧਾਈਆਂ ਦੇਣ ਪਹੁੰਚ ਜਾਂਦੇ ਨੇ, ਪਰ ਇੱਥੇ ਕਿਸ ਹਾਲਾਤ ਦੇ ਵਿੱਚ ਇਸੇ ਦੇਸ਼ ਦੇ ਨਾਗਰਿਕ ਇੱਥੇ ਰਹਿ ਰਹੇ ਨੇ, ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ, ਕੋਈ ਹੋਰ ਗੱਲ ਨਹੀਂ ਕਰ ਰਹੇ, ਸਿਰਫ ਇੰਨੀ ਗੱਲ ਕਰ ਰਹੇ ਕਿ ਇਹ ਸਾਨੂੰ ਜੋ ਹੱਕ, ਇਹ ਜੋ ਕਾਨੂੰਨ ਹੈ ਸਾਨੂੰ ਨਹੀਂ ਚਾਹੀਦੇ, ਇਹ ਕਾਨੂੰਨ ਵਾਪਸ ਲੈ ਲਏ ਜਾਣ, ਤਾਂ ਫਿਰ ਇਹ ਕਿਹੋ ਜਿਹਾ ਵਿਕਾਸ ਹੈ ਜੋ ਲੋਕ ਚਾਹੁੰਦੇ ਨੇ ਕਿ ਸਾਡਾ ਵਿਕਾਸ ਨਾ ਕਰੋ ਪਰ ਜ਼ਬਰਦਸਤੀ ਥੋਪਿਆ ਜਾ ਰਿਹਾ। ਸੋ ਉਮੀਦ ਕਰਦੇ ਹਾਂ ਕਿ ਜ਼ਰੂਰ ਇਹ ਹੱਲ ਹੋਏਗਾ, ਅਤੇ ਜੋ ਇਹ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ, ਇਹ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ, ਨਿਰਪੱਖ ਪੋਸਟ ਵੱਲੋਂ ਅਸੀਂ ਵੀ ਸ਼ਰਧਾਂਜਲੀ ਅਰਪਣ ਕਰਦੇ ਹਾਂ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਹੜੇ ਇਸ ਅੰਦੋਲਨ ਦਾ ਹਿੱਸਾ ਬਣੇ ਸੀ ਪਰ ਹੁਣ ਅੱਜ ਸਾਡੇ ਵਿਚਕਾਰ ਨਹੀਂ ਨੇ, ਅਤੇ ਉਮੀਦ ਇਹ ਵੀ ਕਰਦੇ ਹਾਂ ਕਿ ਕੇਂਦਰ ਸਰਕਾਰ ਹਲੇ ਵੀ ਜਾਗ ਜਾਏ, ਇਹ ਸ਼ਹੀਦਾਂ ਦੀ ਗਿਣਤੀ ਹੋਰ ਨਾ ਵਧੇ, ਇੱਥੋਂ ਹੀ ਸਾਰੇ ਆਪਣੇ ਘਰਾਂ ਨੂੰ
सही सलामत वापस जान ते इन्नी ठंड दे विच इस तरह के मुश्किल हालात भी डटे हुए ने ते इन्हां नूं इन्हां दे हक जरूर दिते जान। सी इत्थे भी आ वेखो ए सिंगू बॉर्डर दे उपर तुसी देखोगे इत्थे दीवे जगाए गए ने। ये क्यों जगाए गए ने जी? श्रद्धांजलियां दित्तियां जा रही ने कि जेड़े इस किसान अंदोलन दे विच जिन्ने भी किसान वीर शहीद होए ने ते उन्हां नूं याद करदियां उन्हां नूं ये श्रद्धांजलि दी गई। अज दा ये प्रोग्राम उलीकिया गया सी। सो अज सिंगू बॉर्डर ते तुसी अगर देखो सारी जगह इत्थे ट्रैक्टरां दे उपर जिथे भी जगह है उत्थे इस तरीके नाल दीवे बाल के श्रद्धांजलि दी गई है उन्हां किसानां नूं उन्हां सारे नौजवानों या बजुर्ग जेड़े भी इस अंदोलन दे विच शहीद होए ने। तो इतने साढ़े नाल होर भी किसान भी मौजूद ने जिन्हें इतने उन्होंने भी गल करते हैं तो जानते हैं जी। सत श्री अकाल जी। वाहिगुरू जी का खालसा वाहिगुरू जी की फतेह। मैं समूह साध संगत की बेनती करदा कि जो साढ़े सिख शहीद होए ने असी उन्होंने श्रद्धा के फुल भेट करते हैं क्योंकि ये काले कानून मोदी सरकार असी इन्हों का विरोधता कर रहे हैं क्योंकि ये शुरू तो ही असी विरोधता करते आए। नौवें पातशाह ने इन्हों की जनेऊ लहदे रोके तो वजीदा उन्हें जकड़िया खान जिन्हां ने सारे ऐसे काले कानून करे मसा रंगड़ होया तो बाबा बंदा सिंह बहादुर जी ने यह सानू जमीन दत्तियां ने यह असी उन्हां दे वारस हाँ। असी यही गल कहते हुए खेमां दे जाचक हाँ। वाहिगुरू जी का खालसा वाहिगुरू जी की फतेह। मोदी सरकार काले कानून मोदी सरकार अवानी अडवानी सरकार कानून। वाहिगुरू जी का खालसा वाहिगुरू जी की फतेह। जी बिल्कुल। तो तुसी वेख सकते हो इस समय इत्थे जो माहौल के बच्चे बुजुर्ग नौजवान इत्थे सारे मौजूद ने ते सारे ही दिलों जो है श्रद्धांजलि श्रद्धा दे फुल भेंट कर रहे ने उन्हां सब नूं जो इस अंदोलन दे दौरान शहीद होए ने। ते लगातार इको मंग की जा रही है कि होर जाना ना जान। सो केंद्र सरकार इस गल दा ध्यान रखते हुए इन्हां बिलां नूं वापस लै ले जल्दी तो जल्दी। होरां नाल भी असीं इत्थे गल करदे हां जी। जी जी इधर जी की कहना चाहो? ਅਸੀਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਤੋਂ ਖਾਲਸਾ ਪੰਥ ਜਦ ਮਹੀਨਾ ਹੋ ਗਿਆ ਖਾਲਸੇ ਪੰਥ ਨੂੰ ਇੱਥੇ ਉਤਾਰਾ ਕੀਤੇ ਹੋਏ ਨੂੰ ਬਾਰਡਰਾਂ 'ਤੇ ਘੋੜੇ ਬੰਨੇ ਹੋਏ ਨੇ ਸਾਡੇ ਹੋਰ ਵੀ ਨਿਹੰਗ ਸਿੰਘ ਫੌਜਾਂ ਸਾਰੀਆਂ ਆ ਰਹੀਆਂ ਨੇ। ਅਸੀਂ ਤਾਂ ਇਹ ਖਾਤਰ ਆਏ ਹਾਂ ਸਾਡੇ ਕੋਲ ਜ਼ਮੀਨਾਂ ਨਹੀਂ ਹੈਗੀਆਂ ਸਾਡੇ ਕੋਲ ਜ਼ਮੀਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਗਊ ਗਰੀਬ ਦੀ ਰੱਖਿਆ ਕਰਨੀ। ਖਾਲਸਾ ਮੇਰੋ ਸਿਰਜਣ ਸੂਰਾ ਖਾਲਸਾ ਮੇਰੋ ਸਤਿਗੁਰੂ ਪੂਰਾ। ਖਾਲਸੇ ਨੂੰ ਸਤਿਗੁਰੂ ਦਾ ਖਿਤਾਬ ਮਹਾਰਾਜ ਪਾਤਸ਼ਾਹ ਨੇ ਬਖਸ਼ਿਆ। ਇਹ ਸਾਰਾ ਜਿੰਨਾ ਵੀ ਬਹੀਰ ਬੈਠਾ ਹੋਇਆ ਨਾ ਮੇਰਾ ਕਿਸਾਨ ਭਰਾਵਾਂ ਦਾ ਸਮੁੱਚਾ ਗੁਰੂ ਕਾ ਖਾਲਸਾ ਪੰਥ ਇਕੱਤਰ ਹੋਇਆ ਇਸ ਦਿੱਲੀ ਦੀ ਧਰਤੀ ਦੇ ਉੱਤੇ। ਇੱਥੇ ਇਹਨਾਂ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਾਸਾ ਇਸ ਜਗ੍ਹਾ ਦੇ ਉੱਤੇ। ਇਹਦੇ ਅੰਗ ਸੰਗ ਸਤਿਗੁਰੂ ਹੋ ਕੇ ਸਹਾਇਤਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਭੇਜਿਆ ਸੀ ਨਾ ਥਾਪੜਾ ਦੇ ਕੇ ਦੁਸ਼ਟਾਂ ਦਾ ਸੁਧਾਰ ਕਰਨ ਵਾਸਤੇ ਲੋਹੇ ਦਾ ਸੁਹਾਗਾ ਬਣ ਕੇ ਫਿਰਨ ਵਾਸਤੇ। ਉਵੇਂ ਹੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਇਹਨਾਂ ਮੇਰੇ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ ਨਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਪ੍ਰਗਟ ਹੋ ਕੇ ਇਹਨਾਂ ਦੇ ਵਿੱਚ ਆਣ ਕੇ ਆਪ ਹੀ ਸਤਿਗੁਰਾਂ ਨੇ ਆਪਣੇ ਆਪ ਦੇ ਹੱਥੀਂ ਆਪਣਾ ਹੱਥੀਂ ਆਪਣਾ ਆਪੇ ਕਾਰਜ ਸਵਾਰੀਆ। ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪੇ ਆਪਣੇ ਹੱਥੀਂ ਇਹਨਾਂ ਤੋਂ ਕਾਰਜ ਆਪੇ ਰਾਸ ਕਰਵਾ ਲੈਣਾ। ਸਾਨੂੰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਪੈਣੀ। ਸਤਿਗੁਰੂ ਜਦੋਂ ਸਾਡੇ ਨਾਲ ਨੇ ਅੰਗ ਸੰਗ ਸਹਾਇਤਾ ਨੇ। ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਜੀ। ਇਹ ਇੱਕ ਪ੍ਰੀਖਿਆ ਦਾ ਸਮਾਂ ਜ਼ਰੂਰ ਚੱਲ ਰਿਹਾ ਸਾਰਿਆਂ ਦੇ ਲਈ ਕਿਉਂਕਿ ਇੱਥੇ ਚਾਹੇ ਮੌਸਮ ਵੀ ਜਿਸ ਤਰ੍ਹਾਂ ਦਾ ਮਰਜ਼ੀ ਹੋ ਜਾਵੇ ਮੀਂਹ ਬਾਰਿਸ਼ ਕਣੀ ਚਿੱਕੜ ਇੱਥੇ ਅਗਰ ਤੁਸੀਂ ਆ ਕੇ ਵੇਖੋਗੇ ਜਿਹੜੇ ਮੀਡੀਆ ਵਿੱਚ ਜਿਹੜੇ ਨੈਸ਼ਨਲ ਚੈਨਲ 'ਤੇ ਕਿਹਾ ਜਾਂਦਾ ਕਿ ਕਿਸਾਨ ਇੱਥੇ ਪਿਕਨਿਕ ਮਨਾ ਰਹੇ ਨੇ ਉਹਨਾਂ ਦੇ ਲਈ ਦੇਖੋ ਇੱਥੇ ਆ ਕੇ ਵੇਖ ਕੇ ਪਤਾ ਚੱਲਦੀਆਂ ਜਦੋਂ ਇੱਥੇ ਕੋਈ ਤਸਵੀਰਾਂ ਤੁਸੀਂ ਵੇਖਦੇ ਹੋ ਅਤੇ ਫਿਲਹਾਲ ਤੁਸੀਂ ਵੇਖ ਸਕਦੇ ਹੋ ਨੌਜਵਾਨਾਂ ਨੇ ਵੀ ਹੱਥਾਂ ਦੇ ਵਿੱਚ ਜੋ ਹੈ ਦੀਵੇ ਫੜੇ ਹੋਏ ਨੇ ਅਤੇ ਇਹ ਸ਼ਰਧਾਂਜਲੀ ਹੈ ਜੀ ਉਹਨਾਂ ਸਭ ਕਿਸਾਨਾਂ ਨੂੰ ਉਹਨਾਂ ਸਭ ਨੂੰ ਜੋ ਇਸ ਸੰਘਰਸ਼ ਦਾ ਹਿੱਸਾ ਬਣੇ ਸਨ ਅਤੇ ਉਹ ਸ਼ਹੀਦ ਹੋ ਗਏ ਨੇ ਅਤੇ ਹੋਰਾਂ ਨਾਲ ਵੀ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਰਧਾਂਜਲੀ ਜੋ ਅੱਜ ਦਿੱਤੀ ਜਾ ਰਹੀ ਹੈ ਉਹਨਾਂ ਸਭ ਸ਼ਹੀਦਾਂ ਨੂੰ ਜੋ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਗਏ ਨੇ, ਕੀ ਕਹਿਣਾ ਚਾਹੋਗੇ? ਇਹ ਜਿਹੜਾ ਇਨਸਾਨੀਅਤ ਦਾ ਦੁੱਖ ਆ ਨਾ ਇਹ ਸਾਡਾ ਜਿਹੜਾ ਸਾਡਾ PM ਹੈ ਦੇਸ਼ ਦਾ ਬਹੁਤ ਵੱਡੀ ਤਾਕਤ ਹੁੰਦੀ ਉਹਦੇ ਕੋਲ। ਉਹਦਾ ਫਰਜ਼ ਬਣਦਾ ਵੀ ਅਸੀਂ ਆਪਣੀ ਪਰਜਾ ਦੀ ਰੱਖਿਆ ਕਰਨੀ ਆ, ਕਿਸੇ ਨੂੰ ਅਸੀਂ ਤੰਗ ਨਹੀਂ ਹੋਣ ਦੇਣਾ। ਹਰ ਕਿਸੇ ਦਾ ਦੁੱਖ PM ਦਾ ਦੁੱਖ ਬਣ ਜਾਂਦਾ, ਉਸ ਰਾਜੇ ਦਾ ਦੁੱਖ ਬਣ ਜਾਂਦਾ। ਇਸ ਕਰਕੇ ਮੋਦੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਜਿਹੜਾ ਮਸਲਾ ਹੈਗਾ ਇਹਨੂੰ ਹੱਲ ਕਰੋ।
तिने जिहड़े काले कानूनियां नूं रद्द कर दिओ ते तुसीं वी कुछ उस परमात्मा नूं याद करो। ये माया तुहाडे नाल नहीं जाणी। जदों अंत वेले बंदे ते कफ़न पैंदा है ना उहनूं जेब नहीं हुंदी है। मोदी साहब नाल नहीं लैके जा सकदे, इस करके इहनां नूं समझणा चाहीदा। बिल्कुल, सो असीं उम्मीद करते हैं कि हले भी वक्त रहिंदिआं जो केंद्र सरकार है जरूर इन्हां गल्लां वल ध्यान दे ते बिल्कुल जल्दी तो जल्दी जो है इन्हां दे किसानां दे हक, पंजाब दे हक उन्हां नूं दित्ते जाण। सो इत्थे नौजवान भी मौजूद ने, इन्हां नाल भी गल करदे आ। हाँ जी, की कहो? जिहड़े साथों वड्डे शहीद होए ने, साडे प्यो दादां दे समान ने जी, इह मोदी नी सरकार नूं इह कानून रद्द करने पैणगे, क्योंकि जी इह किसान होर सारे लोकां दा मतलब कि इत्थे पूरा इकट्ठ हो चुक्या हैगा जी। मोदी सरकार नूं इह कानून रद्द करन लई मजबूर कीता रहे, इहनां नूं करनी पैणगे, किसानां दे खिलाफ़ ने। इस असीं इही कहांगे शहीद होए ने, उह साडे वड्डे ने, सानूं उहनां ते माण है जी। जी 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 बिल्कुल, सो इही आवाज़ है इत्थे अज पहुँचे हर एक बंदे दी, हर एक क्योंकि इत्थे बार बार ये गल आती है तो वह भी लोग मौजूद ने जिन्हां दीआं जमीनां नहीं है पर जमीरां जिंदियां जिंदा ने उन्हां दीआं। सो इस करके ये हक सच की एक लड़ाई बन गई है ते पल पल बाकी होर भी अपडेट्स जो है असीं तुहानूं किसान अंदोलन दीआं तुहाडे तक पहुँचाते रहांगे जी। तुसीं भी अपना समर्थन अपने अपने तरीके नाल घरां विच बह के भी तुसीं अपना समर्थन रख सकते हो। तो इस तरह दी जो पोस्ट है, इस तरह के जो उपराले किए जा रहे हैं, श्रद्धांजलि दी जा रही, इस तरह की पोस्ट नूं शेयर जरूर करो ताकि होर लोगों नूं भी पता चले कि किस तरह डट के इत्थे किसान जो है अपनी मंगा रख रहे हैं ते केंद्र सरकार हले भी जो है गल्लां वल ध्यान नहीं दे रही है। सो पल पल दे अपडेट दे लई बने रहो जी निरपक्ष पोस्ट दे नाल, हर खबर दी निरपक्ष आवाज। पंजाब अते पंजाबीयत नाल जुड़िया हर मुद्दा, हर खबर निरपक्ष तरीके नाल तुहाडे तक पहुंचण दी कोशिश विच तुसीं वी देवो साडा साथ। तां हुणे लाइक करो साडा फेसबुक पेज, सबसक्राइब करो यूट्यूब ते अते फॉलो करो इंस्टा अते ट्विटर ते निरपक्ष पोस्ट, खबर दी निरपक्ष आवाज। विजिट करो www.nirpakhpost.com।